ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਜੀ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਆਹ ਦੇਖ ਲਓ, ਜਿੱਦਾਂ ਕਿ ਲਾਸਟ ਵਲੌਗ 'ਚ ਤੁਹਾਨੂੰ ਮੈਂ ਵਿਖਾਇਆ ਸੀਗਾ ਕਿ ਅਰਜਨ ਆਪਣਾ ਹੋ ਗਿਆ ਸੀਗਾ ਰੇਡੀ, ਬਸ ਮਾੜੀਆਂ ਮੋਟੀਆਂ ਕਮੀਆਂ ਨੇ ਇਹਦੇ ਵਿੱਚ, ਸਟੇਅਰਿੰਗ ਦੀ ਥੋੜ੍ਹੀ ਸੈਟਿੰਗ ਕਰਨ ਵਾਲੀ ਹੈ, ਇਹ ਕਰ ਲਏ ਨੇ ਆਪਾਂ। ਤੇ ਕਮੈਂਟ ਆ ਰਹੇ ਨੇ ਕਿ ਕਬੋਟਾ ਦਾ ਪਲੇਟਫਾਰਮ ਪੇਂਟ ਕਰੋ, ਤੇ ਮੈਂ ਵੀ ਸੋਚਣ ਦਿਆ ਸੀਗਾ ਕਾਫੀ ਦਿਨਾਂ ਤੋਂ ਕਿ ਪਲੇਟਫਾਰਮ ਨਾਲ ਇਹਦਾ ਪੇਂਟ ਕਰ ਲੈਂਦੇ ਆਪਾਂ। ਹਜੇ ਨਹੀਂ ਕਰਦਾ ਮੈਂ ਪੇਂਟ, ਕਿਉਂਕਿ ਨਾ ਮੌਸਮ ਥੋੜ੍ਹਾ ਜਿਹਾ ਇੱਦਾਂ ਦਾ, ਧੁੱਪ ਨਹੀਂ ਨਿਕਲਣ ਦੀ ਬਿਲਕੁਲ ਹੀ, ਅਤੇ ਧੁੱਪ ਤੋਂ ਬਿਨਾਂ ਪੇਂਟ ਸੁੱਕਦਾ ਨਹੀਂ ਛੇਤੀ ਕੀਤਿਆਂ, ਇਸ ਕਰਕੇ ਮੈਂ ਦੇਖਦਾ ਵਾਂ ਦੁਪਹਿਰੇ ਜੇ ਹਿਸਾਬ ਕਿਤਾਬ ਜਿਹਾ ਲਾਵਾਂਗੇ, ਅਤੇ ਟਾਈਮ ਕੋਈ ਜ਼ਿਆਦਾ ਨਹੀਂ ਲੱਗਣਾ, ਦੁਪਹਿਰੇ ਸਪਰੇ ਪੇਂਟ ਮਾਰ ਦਾਂਗੇ ਇਹਨੂੰ। ਠੀਕ ਹੈ, ਥਾਰ ਦਾ ਜਿਹੜਾ ਫਰੰਟ ਐਕਸਲ ਹੈ ਮੈਂ ਕੋਸ਼ਿਸ਼ ਕਰਦਾ ਇਹਨੂੰ ਰਿਪੇਅਰ ਕਰਨ ਦੀ, ਜਿੰਨੀ ਕੁ ਵੀ ਰਿਪੇਅਰ ਹੋਊਗੀ ਕਰਕੇ, ਅਤੇ ਬਸ ਦੋ ਤਿੰਨ ਦਿਨਾਂ ਦੇ ਵਿੱਚ ਨਾ ਇਹਦਾ ਐਕਸਲ ਵਾਲਾ ਚੈਸੀ ਵਾਲਾ ਕੰਮ ਨਿਬੇੜਦੇ ਹਾਂ, ਸਾਰਾ ਡਨ ਕਰਦੇ ਹਾਂ, ਉਦੋਂ ਬਾਅਦ ਫਿਰ ਇਹਦੀ ਬੋਡੀ 'ਤੇ ਪੇਂਟ ਵਗੈਰਾ ਕਰਨਾ ਹੈ, ਅਤੇ ਜੋ ਵੀ ਇਹਦੇ 'ਚ ਰਹਿ ਗਿਆ ਲਾਉਣ ਵਾਲਾ ਉਹ ਲਾਉਣਾ। ਠੀਕ ਹੈ, ਇੱਕ ਤਾਂ ਇਹ ਕੰਮ ਕਰਨਾ, ਦੂਜਾ ਆਪਣੇ ਸੀਕਰੇਟ ਪ੍ਰੋਜੈਕਟ 'ਤੇ ਕੰਮ ਚੱਲੂਗਾ, ਅਤੇ ਅੱਧਾ ਦਿਨ ਤਾਂ ਉਹਦੇ 'ਚ ਟੱਪ ਜਾਣਾ। ਬਾਕੀ ਚਲੋ ਦੇਖਦੇ ਹਾਂ ਸ਼ਾਮ ਤੱਕ ਕੀ ਬਣਦਾ, ਲੱਗ ਜੂ ਪਤਾ ਤੁਹਾਨੂੰ। ਠੀਕ ਹੈ, ਲਓ ਵੀ ਮੁੰਡਿਓ ਸੀਨ ਕੁਛ ਇੱਦਾਂ, ਟਾਈਮ ਦੇਖ ਲਓ 4:30 ਹੋ ਗਏ ਨੇ, ਦਿਨ ਭੱਜੇ ਹੀ ਜਾਂਦੇ ਨੇ, ਜਿੱਦਾਂ ਪਹਿਲਾਂ ਮੈਂ ਤੁਹਾਨੂੰ ਆਖਿਆ ਕੰਮ ਤਾਂ ਇੰਨਾ ਜ਼ਿਆਦਾ ਸਲੋ ਚੱਲਣ ਦਿਆ, ਰੀਜ਼ਨ ਇਹੀ ਹੈ ਕਿ ਦਿਨ ਬਹੁਤ ਛੋਟੇ ਹੋ ਗਏ ਨੇ। ਅਤੇ ਮੌਕੇ 'ਤੇ ਹੁਣ ਤੱਕ ਤਾਂ ਮੈਂ ਆਪਣੇ ਸੀਗਰੇਟ ਪ੍ਰੋਜੈਕਟ 'ਤੇ ਕੰਮ ਕਰਨ ਦਿਆ ਸੀਗਾ, ਜਿੰਨਾ ਕੁ ਵੀ ਕੰਮ ਕੀਤਾ ਜਮਾਂ ਓਕੇ ਦੀ ਰਿਪੋਰਟ ਹੈ ਹੁਣ ਤੱਕ। ਠੀਕ ਹੈ, ਸਭ ਕੁਛ ਸਹੀ ਜਾ ਰਿਹਾ, ਅੱਗੇ ਦਾ ਹਜੇ ਕੁਛ ਨਹੀਂ ਕਹਿ ਸਕਦੇ। ਅਤੇ ਮੈਂ ਸੋਚਿਆ ਚਲੋ ਵਲੌਗ ਵੀ ਸ਼ੂਟ ਕਰ ਲਈਏ, ਨਹੀਂ ਤਾਂ ਵਲੌਗ ਜਮਾਂ ਹੀ ਰਹਿ ਜਾਣਾ, ਨਾਲੇ ਕੰਮ ਵੀ ਚਲੋ ਹੈਗੇ ਹੀ ਨੇ ਕਰਨ ਵਾਲੇ, ਥਾਰ 'ਤੇ ਕੰਮ ਸ਼ੁਰੂ ਕਰਨਾ ਇਹ ਮੈਂ ਰਾਤ ਨੂੰ ਹੀ ਕਰਦਾ ਵਾਂ, ਐਕਸਲ ਵਗੈਰਾ ਇਹਦੇ ਰਾਤ ਨੂੰ ਖੋਲਦੇ ਹਾਂ ਆਪਾਂ। ਅਤੇ ਹੁਣ ਮੌਕੇ 'ਤੇ ਇੱਕ ਤਾਂ ਇਹਨੂੰ ਚਲਾ ਲਈਏ ਅਰਜਨ ਆਪਣੇ ਨੂੰ, ਕਿਉਂਕਿ ਕਾਫੀ ਟਾਈਮ ਹੋ ਗਿਆ 4x4 ਚਲਾ ਕੇ ਨਹੀਂ ਦੇਖਿਆ, ਥੋੜ੍ਹੀ ਜਿਹੀ ਓਵਰਰੋਡਿੰਗ ਕਰਾਉਂਦੇ ਹਾਂ, ਨਾਲੇ ਟੈਸਟ ਹੋ ਜੂ ਐਕਸਲ ਦਾ। ਠੀਕ ਹੈ, ਅਤੇ ਉਸ ਦੇ ਨਾਲ ਆਪਣਾ ਜਿਹੜਾ ਨਾਟ 11 ਹੈ ਇਹਦੇ ਪਿੱਛੇ ਪਾਉਂਦੇ ਹਾਂ ਆਪਾਂ ਕਲਟੀਵੇਟਰ, ਅਤੇ ਨਾਲੇ ਇਹਦੀ ਥੋੜ੍ਹੀ ਟੈਸਟਿੰਗ ਹੋ ਜੂ ਕਲਟੀਵੇਟਰਾਂ 'ਤੇ, ਨਾਲੇ ਲਿਫਟ ਦੀ ਟੈਸਟਿੰਗ ਹੋ ਜੂਗੀ। ਠੀਕ ਹੈ, ਮੇਨ ਅੱਜ ਦੇ ਆਹੀ ਕੰਮ ਨੇ ਆਪਣੇ, ਬਸ ਇਹਦੇ 'ਚ ਹੀ ਸਾਰਾ ਵਲੌਗ ਟਪਾਉਣਾ ਆਪਾਂ। ਠੀਕ ਹੈ, ਵੀਡੀਓ ਸ਼ੂਟ 'ਤੇ ਹੁਣ ਕੋਈ ਕਰ ਨਹੀਂ ਦੇ, ਇਸ ਕਰਕੇ ਵਲੌਗਾਂ ਦੇ ਵਿੱਚ ਵੇਖ ਲਓ ਜਿੰਨਾ ਕੁ ਚੱਲਦਾ ਟਰੈਕਟਰ। ਅਤੇ ਇੱਧਰ ਆਪਣਾ ਇੰਪਲੀਮੈਂਟ ਚਾਹੀਦਾ ਆਪਾਂ ਨੂੰ ਕਲਟੀਵੇਟਰ, ਆ ਜਾ ਵੀ ਕਲਟੀਵੇਟਰ ਸਿਆਂ, ਕਲਟੀਵੇਟਰ ਵੀ ਵੱਡੇ ਹੀ ਨੇ ਵੈਸੇ ਤਾਂ ਵੇਖਿਆ ਜਾਵੇ, ਪਰ ਜੇ ਦੂਜੇ ਪਾਸੇ ਵੇਖੀਏ ਟਰੈਕਟਰ ਕਿਹੜਾ ਛੋਟਾ, ਫਿਰ ਟਰੈਕਟਰ ਵੀ ਤਾਂ ਫਿਰ 9x11 ਹੈ, ਐਡੇ ਕੋ ਕਲਟੀਵੇਟਰਾਂ ਦੀ ਤਾਂ ਵੈਸੇ ਵੀ ਇਹਨੂੰ ਪਰਵਾਹ ਹੋਣੀ ਨਹੀਂ ਚਾਹੀਦੀ ਛੋਟੇ ਨੂੰ, ਬਾਕੀ ਚਲੋ ਦੇਖ ਲੈਂਦੇ ਹਾਂ। ਲਓ ਵੀ ਮੁੰਡਿਓ ਆ ਗਏ ਆਪਾਂ ਮੈਦਾਨ 'ਚ, ਆਪਣਾ ਜਿਹੜਾ ਅਰਜਨ ਹੈ ਉਹਦਾ ਸਟੇਅਰਿੰਗ ਸਿਸਟਮ ਮੈਂ ਠੀਕ ਕਰਤਾ, ਰਾਤ ਥੋੜ੍ਹੀਆਂ ਜਿਹੀਆਂ ਕਮੀਆਂ ਸੀਗੀਆਂ ਉਹ ਮੈਂ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਠੀਕ ਹੈ। ਇੱਕ ਤਾਂ ਬੈਟਰੀ ਬਹੁਤ ਡਾਊਨ ਹੈ ਇਹਦੇ ਵਿੱਚ, ਸਰਵੋ ਅਤੇ ਥਰੋਟਲ ਦੋਵੇਂ ਇਕੱਠੇ ਕੰਮ ਕਰਦੇ ਨਹੀਂ ਆ, ਦੇਖੋ ਜੇ ਥਰੋਟਲ ਦਿੱਤਾ ਤਾਂ ਸਰਵੋ ਨਹੀਂ ਕੰਮ ਕਰਦੀ, ਅਤੇ ਥਰੋਟਲ ਰੋਕ ਕੇ ਫਿਰ ਸਰਵੋ ਕੰਮ ਕਰਦੀ, ਕਿਉਂਕਿ ਬੈਟਰੀ ਡਾਊਨ ਹੈ, ਇਹ ਕੋਈ ਵੱਡਾ ਇਸ਼ੂ ਨਹੀਂ ਗਾ। ਮੰਨ ਬੈਟਰੀ ਜਮਾਂ ਹੀ ਮਰ ਗਈ, ਬੋਲਦੇ ਬੋਲਦੇ ਬੈਟਰੀ ਖਤਮ। ਚਲੋ ਇਹਦੀ ਬੈਟਰੀ ਚੇਂਜ ਕਰਦੇ ਹਾਂ, ਬੜਾ ਟਾਈਮ ਹੋ ਗਿਆ ਦੇਖਦੇ ਹਾਂ ਉਹਨੂੰ ਬੈਟਰੀਆਂ ਚੇਂਜ ਕਰ ਕਰ ਗਿਆ, ਇੰਨੀਆਂ ਬੈਟਰੀਆਂ ਨੇ ਘੱਟਦੀਆਂ 10 ਮਿੰਟ ਵੀ ਨਹੀਂ ਗੀਆਂ। ਚਲੋ ਅੱਜ ਨਾਲੇ ਬੈਟਰੀਆਂ ਦੀ ਟੈਸਟਿੰਗ ਹੋ ਜੂਗੀ, ਸੌਣਾ ਪਹਿਲਾਂ ਤਾਂ ਤੂੰ ਆ ਜਾ, ਤੂੰ ਮੈਨੂੰ ਬਾਬਾ ਪੁਰਾਣੀ ਜੀ ਲੱਗਣ ਦਈ ਹੈ। ਬੈਟਰੀ ਦੀ ਪਰਫੋਰਮੈਂਸ ਮੌਕੇ 'ਤੇ ਠੀਕ ਠਾਕ ਜੀ ਹੈ, ਪਰ ਮਾਰੀ ਗਈ ਠੀਕ ਠਾਕ ਕਰਦੀ ਆ, ਦੇਖ ਲਓ ਕਿੰਨਾ ਕੁ ਚਲਾਇਆ ਤੁਹਾਡੇ ਸਾਹਮਣੇ ਹੀ ਹੈ। ਲਓ ਖਤਮ,
ਇੱਥੇ ਇੱਕ ਹੋਰ ਬੈਂਟਰੀ ਜਿਹਦੇ ਮੈਨੂੰ ਸਭ ਨਾਲੋਂ ਜ਼ਿਆਦਾ ਸ਼ੱਕ ਹੈ, ਇੱਕ ਆਹ ਬੈਂਟਰੀ ਹੈ ਮਰ ਗਈ ਉਹਨੇ, ਚੱਲ ਇੱਥੇ ਮਾੜਾ ਮੋਟਾ ਚਲਾਇਆ ਤੇ ਸਿਟਰੇਟਰ ਨੂੰ ਇਹਨੇ, ਤੇ ਉੱਥੋਂ ਲੈ ਕੇ ਮੈਂ ਇੱਕ ਗੇੜਾ ਹੀ ਕੱਢਿਆ, ਇਹਨੂੰ ਯੂਜ਼ ਕਰ ਲੈਂਦੇ ਹਾਂ ਹੁਣ। ਆਹ ਟਰੈਕਟਰ ਦੇ ਵੀ ਗੇਅਰ ਬੋਕਸ 'ਚੋਂ ਵਾਜਾਂ ਤਾਂ ਆਉਣੀਆਂ, ਭੈੜੀਆਂ ਪੈਣੀਆਂ ਗੀਆਂ, ਦੇਖਣਾ ਪੈਣਾ ਵੀ ਇਹਦਾ ਵੀ ਕਿਤੇ ਗੇਅਰ ਬੋਕਸ ਸੁੱਕਾ ਤਾਂ ਨਹੀਂ ਚੱਲਣ ਦਿਆ। ਲਓ ਖਤਮ, ਚੱਲ ਵੀ ਹੁਣ ਤੇਰੀ ਪ੍ਰੀਖਿਆ ਆਈ, ਤੇਰੇ ਤੋਂ ਬਹੁਤ ਉਮੀਦਾਂ, ਮੈਨੂੰ ਤੇਰੇ ਤੋਂ ਬਹੁਤ ਉਮੀਦਾਂ, ਬੱਲੇ ਬੱਲੇ ਤੇਰੇ ਤੋਂ ਉਮੀਦਾਂ ਲਾ ਕੇ ਗਲਤੀ ਕੀਤੀ ਮੈਂ। ਚੱਕੋ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਜੇ, ਬੱਲੇ ਸ਼ੇਰਾ ਵੈਰੀ ਗੁੱਡ, ਨਹੀਂ ਰੀਸਾਂ ਸਰਵੋ ਇਹਦੇ 'ਤੇ ਵੀ ਨਹੀਂ ਕੰਮ ਕਰਨ ਦੀ। ਆਹ ਦੇਖੋ ਇਹ ਤਾਂ ਨੋਰਮਲੀ ਸਰਵੋ ਆਪਣੀ ਕੰਮ ਕਰਦੀ ਹੈ, ਬੈਟਰੀ ਇਹ ਵੀ ਖਤਮ ਜੀ ਹੋਈ ਆ, ਕਮਾਲ ਹੋਈ ਪਈ ਹੈ। ਲਾਲ ਬੈਟਰੀ ਤੋਂ ਮੈਨੂੰ ਬਹੁਤ ਉਮੀਦ ਹੈ, ਅਤੇ ਉਸ ਤੋਂ ਪਹਿਲਾਂ ਆਪਾਂ ਆਹ ਯੂਜ਼ ਕਰਦੇ ਹਾਂ। ਬੈਟਰੀ ਫੁੱਲ ਚਾਰਜ ਹੈ ਇਹਦਾ, ਇੱਥੋਂ ਪਤਾ ਲੱਗਦਾ ਟਰੈਕਟਰ ਤੁਰਨ ਦਿਆ ਸਰਵੋ ਕੰਮ ਕਰਨ ਦੀ, ਆ ਦੇਖ ਲਓ ਠੀਕ ਹੈ, ਟਰੈਕਟਰ ਚੱਲਣ ਦਿਆ ਸਰਵੋ ਕੰਮ ਕਰਨ ਦੀ। ਬਾਕੀ ਜਿੱਥੋਂ ਤੋਂ ਮੈਨੂੰ ਲੱਗਦਾ ਕਿ ਬੈਕ ਪੇਨ ਦਾ ਵੀ ਕੋਈ ਇੰਨਾ ਜ਼ਿਆਦਾ ਹੈ ਨਹੀਂ ਗਾ ਬੈਟਰੀ ਦਾ, ਮੰਨਿਆ ਵੀ ਉਹਨਾਂ ਨਾਲੋਂ ਥੋੜ੍ਹੀ ਜਿਹੀ ਪਾਵਰ ਜ਼ਿਆਦਾ ਇਹਦੇ 'ਚ, ਪਰ ਲਾਈਫ ਟਾਈਮ ਇਹਦਾ ਵੀ ਘੱਟ ਹੀ ਰਹਿ ਗਿਆ, ਹੁਣ ਬਸ ਇਕਲੌਤੀ ਉਮੀਦ ਆ ਹੀ ਹੈ। ਆਹ ਬੈਟਰੀ 'ਤੇ ਇੰਨਾ ਯਕੀਨ ਕਿਉਂ ਮੈਨੂੰ, ਆਹ ਦੇਖਿਓ ਹੁਣ ਟਰੈਕਟਰ ਦੀ ਸਪੀਡ ਵੇਖੋ, ਪੈ ਗਿਆ ਨਾ ਦਿਨ ਰਾਤ ਦਾ ਫਰਕ, ਨੱਚਦਾ ਹੀ ਫਿਰਦਾ। ਚਲੋ ਇਹਨੂੰ ਖਿਲਾਰ ਦਈਏ ਇੱਥੇ ਹੁਣ, ਠੀਕ ਹੈ। ਲਾਸਟ ਬੈਟਰੀ ਆਹੀ ਸੀ ਬਸ, ਜਿਹਦੇ 'ਚ ਵੀ ਨਾ ਚੱਲਦਾ ਤਾਂ ਫਿਰ ਕਹਾਣੀ ਖਤਮ ਸੀਗੀ। ਹੁਣ ਵਾਰੀ ਹੈ ਆਪਣੇ ਨਾਟ ਗਿਆਰਾਂ ਦੀ, ਨਾਟ ਗਿਆਰਾਂ ਕਿਹੜੀ ਬੈਟਰੀ ਹੈ, ਬੈਟਰੀ ਇਹਦੇ 'ਚ ਵੀ ਠੀਕ ਠਾਕ ਜੀ ਹੋਈ ਹੈ, ਬਾਕੀ ਚਲੋ ਲੱਗ ਜਾਂਦਾ ਪਤਾ। ਹੁਣ ਤਾਂ ਹੋਰ ਬੈਟਰੀਆਂ ਵੀ ਕੋਈ ਨਹੀਂ ਆਪਣੇ ਕੋਲ, ਜਿੰਨੀ ਕੁ ਚੱਲੂਗੀ ਉੰਨੀ ਕੁ ਚਲਾਵਾਂਗੇ ਆਪਾਂ। ਹੱਲਾਂ ਫੁੱਲ ਥੱਲੇ, ਹੱਲਾਂ ਨਾ ਤੋਲਦੀਆਂ ਪਈਆਂ, ਕਲਟੀਵੇਟਰ ਕਦੇ ਕਿਹੜਾ ਪਾਸਾ ਲੱਗ ਜਾਂਦਾ ਕਦੇ ਕਿਹੜਾ। ਕਲਟੀਵੇਟਰਾਂ 'ਤੇ ਥੋੜ੍ਹਾ ਜਿਹਾ ਵੇਟ ਰੱਖਣਾ, ਥੋੜ੍ਹਾ ਜਿਹਾ ਜ਼ਿਆਦਾ ਨਹੀਂ, ਥੋੜ੍ਹਾ ਜਿਹਾ ਵੇਟ, ਇੰਨਾ ਕੁ ਬਹੁਤ ਹੈ ਮੇਰੇ ਹਿਸਾਬ ਨਾਲ। ਹਜੇ ਰੀਲ ਵੀ ਸ਼ੂਟ ਕਰਨੀ ਹੈ, ਇਹ ਨਾ ਹੋਵੇ ਰੀਲ ਸ਼ੂਟ ਕਰਨ ਤੋਂ ਪਹਿਲਾਂ ਆਪਾਂ ਬੈਟਰੀ ਖਤਮ ਕਰ ਲਈਏ। ਮੈਂ ਥਰੋਟਲ ਹੀ ਕੱਟ ਦਿੱਤਾ ਹੋਇਆ, ਇਹ ਨਹੀਂ ਗਾ ਕਿ ਟਰੈਕਟਰ ਰੁਕ ਗਿਆ। ਹੁਣ ਇੱਥੇ ਇੱਕ ਦਿੱਕਤ ਆਈ ਹੈ, ਹੁਣ ਤਾਂ ਹੋ ਗਈ ਸੋਲਵ। ਕਲਟੀਵੇਟਰ ਸੀ ਨਾ ਇੱਥੇ ਅੜ ਗਏ ਸੀਗੇ, ਆਹ ਜਿਹੜੀ ਪਲੇਟ ਵਿੱਚ ਰੱਖੀ ਹੋਈ ਹੈ ਨਾ, ਆਹ ਦੇਖੋ ਆ ਜਿਵੇਂ ਉੱਚਾ ਨਹੀਂ ਮੈਂ ਥਾਂ ਹੈ ਨਾ, ਇੱਥੇ ਐਵੇਂ ਅੜ ਜਾਂਦੇ ਕਲਟੀਵੇਟਰ ਕਈ ਵਾਰੀ। ਪਲੋ ਦੇ ਵਿੱਚ ਵੀ ਇੱਦਾਂ ਦੀ ਦਿੱਕਤ ਆਈ ਸੀਗੀ, ਇਹਦਾ ਵੀ ਥੋੜ੍ਹਾ ਧਿਆਨ ਰੱਖਣਾ ਪੈਂਦਾ। ਜਿਵੇਂ ਟਰਬੋ 'ਤੇ ਨਹੀਂ ਟੈਸਟਿੰਗ ਕਰਦੇ ਟਰੈਕਟਰ ਦੀ, ਉਵੇਂ ਹੁੰਦੀ ਹੈ। ਮੌਕੇ 'ਤੇ ਬੈਟਰੀ ਡਾਊਨ ਹੈ ਟਰੈਕਟਰ ਦੀ, ਫੁੱਲ ਥਰੋਟਲ ਦਿੱਤਾ ਹੋਇਆ, ਨਹੀਂ ਤਾਂ ਟਰੈਕਟਰ ਨੂੰ ਪ੍ਰਵਾਹ ਨਹੀਂ ਗੀ ਬਿਲਕੁਲ ਹੀ। ਹੁਣ ਫੁੱਲ ਥਰੋਟਲ ਹੈ ਪਰ ਬੈਟਰੀ ਡਾਊਨ ਹੈ ਇਹਦੀ, ਦੇਖਦੇ ਹੁੰਦੇ ਫੁੱਲ ਚਾਰਜ ਬੈਟਰੀ ਹੋਵੇ ਨਾ, ਇਹਦੇ ਜਲਵੇ ਹੀ ਅੱਡ ਨੇ। ਮਰ ਗਈ ਬੈਟਰੀ, ਮਰ ਗਈ।
ਮੈਂ ਹੋਰ ਬੇਇੱਜ਼ਤੀ ਨਹੀਂ ਹੁੰਦੀ ਵੇਖ ਸਕਦਾ ਟਰੈਕਟਰ ਦੀ। ਹੁਣ ਆਪਾਂ ਸਭ ਨਾਲੋਂ ਪਹਿਲਾਂ ਇਹਦੀ ਬੈਟਰੀ ਚੇਂਜ ਕਰੀਏ, ਫਿਰ ਤੁਹਾਨੂੰ ਮੈਂ ਜਲਵਾ ਵਿਖਾਉਂਦਾ ਇਹਦਾ। ਇੱਕ ਆਪਣੀ ਬਿਲਕੁਲ ਫਰੈਸ਼ ਨਿਊ ਬੈਟਰੀ ਹੈ, ਫਰੈਸ਼ ਨਿਊ ਮਤਲਬ ਵੀ ਸਭ ਨਾਲੋਂ ਲਾਸਟ 'ਚ ਇੱਕ ਆਹੀ ਬੈਟਰੀ ਬਣੀ ਹੋਈ ਹੈ ਅਤੇ ਸਭ ਨਾਲੋਂ ਜ਼ਿਆਦਾ ਬੈਕਅਪ ਵੀ ਇਸੇ ਬੈਟਰੀ ਦਾ ਹੀ ਹੈ। ਹੁਣ ਮੈਨੂੰ ਪਤਾ ਨਹੀਂ ਕਿ ਬੈਟਰੀ ਚਾਰਜ ਕਿੰਨੀ ਕੁ ਹੈ, ਜਿੰਨੀ ਕੁ ਵੀ ਚਾਰਜ ਹੈ ਹੁਣ ਨਾਟਕਿਆ ਰਾਹੀਂ ਦੱਸੂਗਾ। ਹਾਂ ਵੀ ਰੇੜੀਆਂ ਝੋਟਿਆ, ਚੱਲ ਫਿਰ MM ਦੇ ਹਿਸਾਬ ਨਾਲ ਨਾ ਟਰੈਕਟਰ ਤੁਰਿਆ ਜਾਣ ਦਿਆ, ਵੀਡੀਓ 'ਚ ਨਹੀਂ ਪਤਾ ਲੱਗਦਾ ਹੋਊਗਾ। ਮੈਂ ਫਿਰ ਬਾਹਲੀ ਬੈਟਰੀ ਕਿਉਂ ਡਾਊਨ ਕਰਨੀ ਆ, ਪਰ ਰੀਲ ਵੀ ਬਣਾਉਣੀ ਹੈ। ਪਤਾ ਤੁਹਾਨੂੰ ਲੱਗ ਹੀ ਗਿਆ ਪਾਵਰ ਦਾ, ਪਾਵਰ ਡਿਫਰੈਂਸ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਪੁਰਾਣੀ ਬੈਟਰੀ ਦਾ ਅਤੇ ਨਵੀਂ ਬੈਟਰੀ ਦਾ। ਹੁਣ ਅੱਗੇ ਵੇਟ ਘੱਟ ਹੈ ਨਾ, ਟਰੈਕਟਰ ਮੁੜਦਾ ਨਹੀਂ ਪਿਆ ਢੰਗ ਤਰ੍ਹਾਂ। ਦੇਖੋ ਚਲੋ ਪਾਵਰ ਵੱਲੋਂ ਕੋਈ ਕਮੀ ਨਹੀਂ ਟਰੈਕਟਰ 'ਚ, ਉਹ ਤਾਂ ਪਹਿਲਾਂ ਵੀ ਪਤਾ ਸੀਗਾ। ਇਹ ਤਾਂ ਆਪਾਂ ਟੈਸਟ ਕਰਨ ਦਿਆ ਸੀ, ਲਿਫਟ ਵਗੈਰਾ ਇਹਦੀ ਓਕੇ ਆ, ਉਹ ਤੁਹਾਡੇ ਸਾਹਮਣੇ ਹੀ ਆ, ਜਮਾਂ ਓਕੇ ਦੀ ਰਿਪੋਰਟ ਹੈ, ਸਿਰਾ ਲਾਊਗਾ ਆਉਣ ਵਾਲੇ ਟਾਈਮ 'ਚ ਝੋਟਾ। ਠੀਕ ਹੈ, ਹੁਣ ਮੈਂ ਰੀਲ ਸ਼ੂਟ ਕਰ ਲਾਂ ਇੱਕ ਛੇਤੀ ਛੇਤੀ, ਮੌਸਮ ਵੀ ਠੀਕ ਠਾਕ ਜਿਹਾ ਹੈਗਾ। ਲਓ ਵੀ ਮੁੰਡਿਓ ਸੀਨ ਇੱਦਾਂ, ਨਾਟ ਗਿਆਰਾਂ ਨਾਲ ਰੀਲ ਸ਼ੂਟ ਕਰ ਲਈ, ਦੋ ਤਿੰਨ ਸ਼ੋਰਟ ਵੀਡੀਓ ਵੀ ਸ਼ੂਟ ਕਰ ਲਈਆਂ। ਜਮਾਂ ਨੱਚਦਾ ਜਾਂਦਾ ਝੋਟਾ, ਉਹ ਉੱਥੇ ਆ ਕੇ ਮਰ ਜਾਣਾ, ਕਿਉਂਕਿ ਰੇਤਾ ਦੇਖੋ ਤੁਸੀਂ ਕਿੰਨੀ ਓਵਰ ਹੋ ਜਾਂਦੀ, ਰੇਤਾ ਇੱਥੇ ਆ ਕੇ ਮਾਰ ਪੈਂਦੀ। ਫਿਰ ਇੱਥੇ ਮਰ ਗਈ ਬੈਟਰੀ, ਹੁਣ ਚਲੋ ਹੁਣ ਇੱਕ ਵਾਰੀ ਬੈਟਰੀ ਨੂੰ ਰੈਸਟ ਦਿੰਦੇ ਹਾਂ, ਜ਼ਿਆਦਾ ਨਹੀਂ ਬੈਟਰੀ ਡਾਊਨ ਕਰਦੇ। ਹੁਣ ਮੈਂ ਸੋਚਣ ਦਿਆਂ ਕਿ ਆਪਣਾ 4x4 ਬਾਹਰ ਕੱਢਿਆ ਅਤੇ ਇਹਦਾ ਵੀ ਥੋੜ੍ਹਾ ਜਿਹਾ ਜ਼ੋਰ ਵੇਖ ਲਈਏ ਆਪਾਂ। ਠੀਕ ਹੈ, ਹੁੱਕ ਦੇ ਵਿੱਚ ਹੁੱਕ ਕੋਨੀ, ਕੋਈ ਹੁੱਕ ਦੇ ਵਿੱਚ ਪਿੰਨ ਕੋਨੀ, ਸੱਚ ਹੁੱਕ ਕੋਨੀ। ਮੈਂ ਇਹਦੀ ਪਿੰਨ ਲੈ ਕੇ ਆਉਂਦਾ ਅਤੇ ਥੋੜ੍ਹਾ ਜਿਹਾ ਜ਼ੋਰ ਇਹਦਾ ਵੀ ਵੇਖ ਹੀ ਲੈਂਦੇ ਹਾਂ, ਫਿਰ ਚੱਲਦੇ ਹਾਂ ਅੰਦਰ। ਲਓ ਵੀ ਮੁੰਡੇ ਅਰਜਨ ਜੋੜਤਾ ਵਾ ਤਵੀਆਂ 'ਤੇ, 4x4 ਦਾ ਫਾਇਦਾ ਹੀ ਕੀ ਜੇ ਮੂੰਹ ਚੱਕ ਲੈਣਾ ਤੂੰ ਤਾਂ ਨੂੰ। ਇੱਕ ਤਾਂ ਤਵੀਆਂ ਖੁੱਲੀਆਂ ਬਹੁਤ ਨੇ, ਚੱਲ ਸ਼ੁਕਰ ਹੈ 4x4 ਇੱਥੇ ਵਧੀਆ ਵਰਕ ਕਰਦਾ ਪਿਆ। ਅਤੇ ਜੇ ਕਿਤੇ ਇੱਥੇ ਪੁਰਾਣਾ ਐਕਸਲ ਹੁੰਦਾ ਨਾ, ਹੁਣ ਕੁਛ ਨਾ ਕੁਛ ਟੁੱਟਿਆ ਹੋਣਾ ਸੀ, ਪੁਰਾਣਾ ਮਤਲਬ ਵੀ ਜਿਵੇਂ ਦਾ ਪਹਿਲਾਂ ਸੀਗਾ। ਟਰੈਕਟਰ ਨੂੰ ਵੇਟ ਤੋਂ ਮਾਰ ਪੈਂਦੀ ਹੈ, ਐਗਜ਼ੈਂਪਲ ਨਾਮ ਹੈ। ਹਾਂ ਦੇਖੋ ਤੁਸੀਂ, ਐਗਜ਼ੈਂਪਲ ਦੇ ਨਾਲ ਸਮਝਾਵਾਂਗਾ ਤੁਹਾਨੂੰ ਮੈਂ, ਟੈਨਸ਼ਨ ਨਾ ਲਓ। ਐਗਜ਼ੈਂਪਲ ਤਾਂ ਸਹੀ ਹੈ ਪਰ ਵੇਟ ਬੈਲੈਂਸ ਥੋੜ੍ਹਾ ਜਿਹਾ ਖਰਾਬ ਹੈ।
ਕਿਉਂ ਲੱਗੀ ਸਮਝ ਹੁਣ? ਜਾਣ ਦੀ ਕਮੀ ਉਹਦੇ 'ਚ ਵੀ ਕੋਈ ਨਹੀਂ ਗੀ, ਸਿਰਫ ਗੱਲ ਇੰਨੀ ਹੋਈ ਹੈ ਕਿ ਮੈਂ ਟਰੇਟਰਾਂ 'ਚ ਓਵਰ ਵੇਟ ਨਹੀਂ ਪਾਉਣਾ ਚਾਹੁੰਦਾ। ਮੈਨੂੰ ਇਹ ਆ ਵੀ ਕੁਛ ਨਾ ਕੁਛ ਟੁੱਟ ਨਾ ਜਾਵੇ, ਹਾਲਾਂਕਿ ਟੁੱਟਣ ਦਾ ਚਾਂਸ ਨਹੀਂਗਾ। ਆਹ ਦੇਖੋ ਤਵੀਆਂ ਮਾਰੀਆਂ ਨਾ, ਲੀਕਾਂ ਪੂਰੀਆਂ ਸਿਰਾ। ਹਾਲਾਂਕਿ ਟੁੱਟਣ ਦਾ ਚਾਂਸ ਨਹੀਂ ਗਾ, ਪਰ ਨਾ ਮੈਂ ਰਿਸਕ ਨਹੀਂ ਲੈਂਦਾ ਕਿਉਂਕਿ ਸਮਾਨ ਕੋ ਨਹੀਂ ਮਿਲਣਾ। ਹੁਣ ਜੇ ਤਾਂ ਕੁਛ ਵੀ ਟੁੱਟ ਗਿਆ ਨਾ ਤਾਂ ਆਪਣੇ ਕੋਲ ਸਮਾਨ ਦੀ ਬਹੁਤ ਸ਼ੋਰਟੇਜ ਹੈ, ਇਸ ਕਰਕੇ ਮੈਂ ਰਿਸਕ ਨਹੀਂ ਲੈਂਦਾ। ਇਹਨਾਂ ਟਰੈਕਟਰਾਂ ਦਾ ਪੂਰਾ ਜ਼ੋਰ ਮੈਂ ਕਦੇ ਪਰਖਿਆ ਨਹੀਂ ਤਾਂ ਜ਼ੋਰ ਤਾਂ ਇਹਦੇ 'ਚ ਮਤਲਬ ਵੀ ਸਾਰੇ ਟਰੈਕਟਰਾਂ 'ਚ ਜਿੰਨਾ ਆਪਾਂ ਸੋਚਦੇ ਹਾਂ ਉਦੋਂ ਜ਼ਿਆਦਾ ਹੀ ਹੈ। ਓਕੇ ਦੀ ਰਿਪੋਰਟ ਹੈ, ਅਰਜਨ ਵੀ ਆਪਣਾ ਪਾਸ ਹੋ ਗਿਆ, ਪੂਰਾ ਸਿਰਾ ਫਰੰਟ ਐਕਸਲ ਵੀ ਸਿਰਾ। ਅਤੇ ਹੁਣ ਮੈਂ ਦੇਖਦਾ ਜੇ ਇਹਨੂੰ ਸਿੰਗਲ ਟਾਇਰ ਕੀਤਾ ਨਾ ਤਾਂ ਇਹਦੇ ਪਿਛਲੇ ਟਾਇਰਾਂ 'ਚ ਵੇਟ ਪਾਵਾਂਗੇ ਥੋੜ੍ਹਾ ਜਿਹਾ। ਠੀਕ ਹੈ, ਬਸ ਹੁਣ ਚੱਲੀਏ ਆਪਾਂ ਅੰਦਰ, ਬਹੁਤ ਹੋ ਗਈ ਟੈਸਟਿੰਗ, ਵਲੋਗ ਵੀ ਬਥੇਰਾ ਲੰਮਾ ਹੋ ਗਿਆ, ਹੁਣ ਅੱਗੇ ਦੇਖਾਂਗੇ ਕਿਉਂਕਿ ਇਸ ਤੋਂ ਬਾਅਦ ਹੁਣ ਮੈਂ ਸੀਕਰੇਟ ਪ੍ਰੋਜੈਕਟ 'ਤੇ ਕੰਮ ਕਰਨਾ ਥੋੜ੍ਹਾ ਜਿਹਾ, ਬਹੁਤ ਇੰਪੋਰਟੈਂਟ ਹੈ। ਅਤੇ ਉਹ ਕਰਨ ਤੋਂ ਬਾਅਦ ਫਿਰ ਦੇਖਾਂਗੇ ਜੇ ਟਾਈਮ ਬਚਿਆ ਤਾਂ ਆਪਾਂ ਥਾਰ 'ਤੇ ਕੰਮ ਕਰਾਂਗੇ, ਨਹੀਂ ਤਾਂ ਫਿਰ ਸਿੱਧਾ ਵਲੋਗ ਐਂਡ ਕਰਾਂਗੇ। ਠੀਕ ਹੈ, ਲਓ ਵੀ ਮੁੰਡਿਓ ਆਹ ਦੇਖ ਲਓ ਤੁਸੀਂ, ਥਾਰ ਦਾ ਫਰੰਟ ਐਕਸਲ ਇੱਥੇ ਖੋਲ੍ਹਿਆ ਪਿਆ ਅਤੇ ਆਪਣੀ ਥਾਰ ਦੇ ਵਿੱਚ ਸਭ ਨੂੰ ਇੰਪੋਰਟੈਂਟ ਅਤੇ ਰਿਪੇਅਰ ਹੋਣ ਵਾਲੀ ਚੀਜ਼ ਆ ਏ। ਠੀਕ ਹੈ, ਆਹ ਦੇਖੋ ਆਹ ਜਿਹੜੀ ਇਹਦੇ ਵਿੱਚ ਪਲੇ ਪੈ ਗਈ ਹੈ ਨਾ ਇੰਨੀ, ਅਤੇ ਆਹ ਪਲੇ ਕੱਢਣੀ ਪੈਣੀ ਹੈ ਇਹਦੀ, ਬਸ ਮੇਨ ਆਹ ਹੀ ਇੱਕ ਪ੍ਰੋਬਲਮ ਹੈ। ਉਸ ਦੇ ਨਾਲ ਜਿਹੜਾ ਆਪਣਾ ਕਬੋਟਾ ਸੀਗਾ ਉਹਦਾ ਪਲੇਟਫਾਰਮ ਇੱਥੇ ਮੈਂ ਕਰਤਾ ਪੇਂਟ, ਜਿੱਦਾਂ ਕਿ ਤੁਹਾਨੂੰ ਮੈਂ ਸਵੇਰੇ ਕਿਹਾ ਸੀਗਾ ਕਿ ਆਪਾਂ ਕਰਾਂਗੇ ਕੰਮ, ਅਤੇ ਥਾਰ ਵਾਲਾ ਕੰਮ ਤਾਂ ਹੁਣ ਹੋਣਾ ਨਹੀਂ, ਇੱਕ ਵਾਰੀ ਸਵੇਰੇ ਕੰਟੀਨਿਊ ਕਰਦੇ ਹਾਂ ਇੱਥੋਂ ਆਪਾਂ। ਠੀਕ ਹੈ, ਅਤੇ ਵਲੋਗ ਆਪਣਾ ਇੱਥੋਂ ਤੱਕ ਹੀ ਆ, ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ। ਅਤੇ ਪਿਛਲੀ ਸਾਈਡ ਪ੍ਰਿੰਟਰ 'ਤੇ ਚੱਲਣ ਦਿਆ ਸੀਕਰੇਟ ਪ੍ਰੋਜੈਕਟ 'ਤੇ ਕੰਮ, ਉਹ ਤੁਹਾਨੂੰ ਵਿਖਾ ਨਹੀਂ ਮੈਂ ਸਕਦਾ ਹਜੇ, ਜਿੱਦਣ ਕੰਪਲੀਟ ਹੋ ਗਿਆ ਉੱਦਣ ਹੀ ਵਿਖਾ ਦੂੰਗਾ ਤੁਹਾਨੂੰ। ਠੀਕ ਹੈ, ਵੈਸੇ ਤਾਂ ਮੈਂ ਵੀ ਚਾਹੁੰਦਾ ਕਿ ਤੁਹਾਨੂੰ ਵਿਖਾ ਦਾਂ, ਪਰ ਨਹੀਂ, ਮੈਂ ਕਿਹਾ ਵੀ ਜਿੰਨਾ ਚਿਰ ਤਿਆਰ ਨਹੀਂ ਨਾ ਹੋ ਜਾਂਦਾ ਉਨਾ ਚਿਰ ਨਹੀਂ ਵਿਖਾਉਣਾ। ਠੀਕ ਹੈ, ਅਤੇ ਮਿਲਦੇ ਹਾਂ ਫਿਰ ਸਵੇਰੇ। ਓਕੇ, ਬਾਏ, ਟਾਟਾ।